ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਪੰਜ ਪਿਆਰੇ ਸਿੰਘ ਭਾਈ ਮੰਗਲ ਸਿੰਘ ਅਤੇ ਭਾਈ ਬਿਕਰਮਜੀਤ ਸਿੰਘ ਨੇ ਗੁਰਦੁਆਰਾ ਨਾਨਕ ਮੱਤਾ ਸਾਹਿਬ ਵਿਖੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਆਮਦੇ ਦੇ ਮੌਕੇ ਨ੍ਰਿੱਤ ਕਰਵਾਉਣ ਅਤੇ ਮੁੱਖ ਮੰਤਰੀ ਨੂੰ ਚਾਂਦੀ ਦਾ ਮੁਕਟ ਪਹਿਰਾਉਣ ਦੇ ਮਾਮਲੇ 'ਤੇ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ ਵਾਲੇ ਬਾਬੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਤਨਖਾਹ ਲਗਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਧੰਨਾ ਸਿੰਘ ਅਤੇ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਨੇ ਆਪਣੀ ਗਲਤੀ ਨੂੰ ਮੰਨਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਸੇਵਾ ਸਿੰਘ, ਜਨਰਲ ਸਕੱਤਰ ਧੰਨਾ ਸਿੰਘ ਅਤੇ ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਨੂੰ 15-15 ਦਿਨ ਕਥਾ ਸੁਣਨ, ਝਾੜੂ ਮਾਰਨ, ਜੋੜੇ ਸਾਫ਼ ਕਰਨ ਅਤੇ ਬਰਤਨ ਸਾਫ਼ ਕਰਨ ਦੇ ਨਾਲ ਸੁਖਮਣੀ ਸਾਹਿਬ ਦਾ ਪਾਠ ਅਤੇ 2100 ਰੁਪਏ ਦੀ ਦੇਗ ਅਤੇ 2100 ਰੁਪਏ ਗੁਰੂ ਦੀ ਗੋਲਕ ਦੇ ਵਿੱਚ ਪਾਉਣ ਦਾ ਆਦੇਸ਼ ਦਿੱਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਨੂੰ ਦਾੜੀ ਰੰਗੀ ਹੋਣ ਅਤੇ ਕਾਫਲੇ ਦੇ ਅੰਦਰ ਪੰਜ ਪਿਆਰੇ ਸਿੰਘਾਂ ਦੇ ਕੋਲ ਪੇਸ਼ ਹੋਣ ਲਈ ਕਿਹਾ। ਜਸਵਿੰਦਰ ਸਿੰਘ ਨੇ ਗੱਲ ਨਾ ਮੰਨੀ ਅਤੇ ਜਥੇਦਾਰ ਨੇ ਤਨਖਾਹੀਆਂ ਕਰਾਰ ਦੇ ਕੇ ਉੱਤਰਾਖੰਡ ਦੀਆਂ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਉਹ ਜਸਵਿੰਦਰ ਸਿੰਘ ਨੂੰ ਮੂੰਹ ਨਾ ਲਗਾਉਣ। ਮੈਨੂੰਗਾ ਮੈਂ ਇੱਕ ਤਰਫਾ ਫੈਸਲਾ ਨਹੀਂ ਮੰਨਿਆ ਜਾਊਗਾ। ਕਰਦਾ ਰਾਜ ਆ ਜਿਹਨੇ ਆ ਚੌਂ ਬੰਦਿਆਂ ਦੇ ਪਿੱਛੇ ਹੋ ਗਿਆ, ਸਾਨੂੰ ਬੇਇੱਜ਼ਤੀ ਕਰਦੀ ਸਾਡੀ 25 ਸਾਲ ਦੀ ਕੁਰਬਾਨੀ ਆ ਕੌਮ ਦੇ ਪਿੱਛੇ। ਇਹ ਪਿੱਲੋ ਜਹਾਜ਼ ਦੇ ਵੇਖੇ ਹਰਪ੍ਰੀਤ ਸਿੰਘ, ਕੌਣ ਬੰਦਾ ਵਜੇ ਨਾਲ ਗੱਲ ਕਰਦੇ ਆ? ਤੇਰਾ ਨਾਂ ਜਸਵਿੰਦਰ ਸਿੰਘ ਗਿੱਲ, 8 ਸਾਲ ਜੇਲ੍ਹ ਕੱਟੀ ਆ। ਕੀ ਤੁਸੀਂ ਉੱਥੇ ਨਾਨਕ ਮਾਤਾ ਕਮੇਟੀ 'ਚ ਕੀ ਹੋ? ਮੈਂ ਕੁਝ ਨਹੀਂ ਉੱਥੇ, ਮੀਤ ਪ੍ਰਧਾਨ ਨੇ ਕੋਈ ਗੱਲ ਨੀ ਸਹੀ ਸਾਡੀ ਇਹਦੇ ਗੱਲ ਸੁਣਦੇ। ਸਾਨੂੰ ਇੱਕ ਬੰਦੇ ਸੱਦੇ ਦਾੜੀ ਰੰਗੀ ਹੈ ਗੁਰਦੁਆਰਾ ਕਮੇਟੀ ਦਾ ਉਹ ਮੀਤ ਪ੍ਰਧਾਨ ਹੈ, ਦਾੜਾ ਰੰਗ ਕੇ ਆਇਆ ਤੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਭੰਗ ਕੀਤੀ ਹੈ, ਇਸ ਕਰਕੇ ਉਹਨੂੰ ਤਨਖਾਹੀਆ ਕਰਾਰ ਦਿੱਤਾ। ਜਿਹੜੇ ਸੇਵਾ ਲਾਈ ਗਈ ਹੈ ਉਹਨਾਂ ਨੇ ਕਬੂਲ ਕੀਤੀ ਹੈ, ਉਹ ਪੂਰੀ ਕਰਨਗੇ। ਗੁਰੂ ਪਾਤਸ਼ਾਹ ਇਹ ਤਖ਼ਤ 6ਵੇਂ ਪਾਤਸ਼ਾਹ ਜੀ ਨੇ ਸਿੱਖਾਂ ਦੇ ਸਾਰੇ ਝਗੜੇ ਮਪਾਉਣ ਵਾਸਤੇ ਸਥਾਪਿਤ ਕੀਤਾ ਸੀ, ਔਰ ਇਹ ਅਕਾਲ ਤਖ਼ਤ ਹੈ। ਇਹ ਉਹ ਤਖ਼ਤ ਹੈ ਜਿਹਨੇ ਕਦੇ ਸਮਾਪਤ ਨਹੀਂ ਹੋਣਾ, ਗੁਰਦੁਆਰਾ ਨਾਨਕ ਮਾਤਾ ਸਾਹਿਬ ਵਿਖੇ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਉੱਥੇ ਕੁਛ ਪ੍ਰਬੰਧ ਦੇ ਵਿੱਚ ਸਾਥੋਂ ਤਰੁੱਟੀਆਂ ਹੋਈਆਂ ਨੇ, ਲੇਕਿਨ ਨਾਲ ਹੀ ਜਿਹੜੇ ਸਾਥੀਆਂ ਨੇ ਉਹ ਕੀਤੀਆਂ ਨੇ ਅੱਜ ਉਹ ਆਪਣਾ ਮੂੰਹ ਢਿੱਲਾ ਕਰਕੇ ਲਿਖ ਕੇ ਗਏ ਨੇ, ਉੱਥੇ ਆਏ ਹੋਏ ਸੀ ਜਿਨ੍ਹਾਂ ਨੇ ਕੰਮ ਕੀਤਾ ਹੈ। ਲੇਕਿਨ ਅਸੀਂ ਫਿਰ ਸਵੀਕਾਰ ਕੀਤਾ ਕਿ ਜੋ ਸਾਡੀ ਪ੍ਰਬੰਧ ਵਿੱਚ ਤਰੁੱਟੀ ਹੋਈ ਹੈ ਉਹਦੇ ਜ਼ਿੰਮੇਵਾਰ ਅਸੀਂ ਹਾਂ, ਚਾਹੇ ਕਿਸੇ ਨੇ ਕਿਵੇਂ ਵੀ ਕੀਤਾ ਹੈ। ਔਰ ਅਕਾਲ ਤਖ਼ਤ ਨੂੰ ਸਾਨੂੰ ਜੋ ਜਹਿਦਾਰ ਸਾਨੂੰ ਬੁਲਾਇਆ ਸਿਰ ਮੱਥੇ ਪ੍ਰਵਾਨ ਕੀਤਾ ਹੈ, ਅਸੀਂ ਉਹ ਸੇਵਾ ਖੜ੍ਹੇ ਮੱਥੇ ਪ੍ਰਵਾਨ ਕਰਦੇ ਹਾਂ, ਸੇਵਾ ਨਿਭਾਵਾਂਗੇ। ਔਰ ਅਸੀਂ ਧੰਨਵਾਦੀ ਹਾਂ ਗੁਰੂ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਪਿਆਰੇ ਬੱਚੇ ਸਮਝ ਕੇ ਬਹੁਤ ਨਜ਼ਦੀਕੀ ਬੱਚੇ ਜਾਂਦੇ ਸਾਨੂੰ ਇੱਥੋਂ ਪੱਤਰ ਭੇਜਿਆ, ਸਾਨੂੰ ਯਾਦ ਕੀਤਾ, ਦਾਸ ਇੱਥੇ ਆਏ ਨੇ ਅਤੇ ਦਾਸ ਸਾਰੀ ਸੰਗਤ ਦਾ ਵੀ ਧੰਨਵਾਦੀ ਹੈ ਜਿਹੜੇ ਇੱਥੇ ਮੌਜੂਦ ਸੀ। ਔਰ ਗੁਰੂ ਬਖਸ਼ਿਸ਼ ਕਰੇ, ਸਾਨੂੰ ਸਮਰੱਥਾ ਬਖਸ਼ੇ, ਅੱਗੇ ਤੋਂ ਅਸੀਂ ਅਜੇ ਤਰੁੱਟੀਆਂ ਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਸਿੰਘ, ਸੇਵਾ ਸਿੰਘ ਮੁੱਖ ਸੇਵਾਦਾਰ ਨਾਨਕ ਮਾਤਾ। ਮੈਂ ਜਸਵੀਰ ਸਿੰਘ ਵਿਰਕ, ਭਾਰਤੀ ਸਿੱਖ ਸੰਗਠਨ ਦਾ ਰਾਸ਼ਟਰੀ ਅਧਿਆਕਸ਼। ਇਹ ਸਾਡੇ ਸਾਰੇ ਜਿਹੜੇ ਨੇ ਇਸ ਸੰਗਠਨ ਦੇ ਮੈਂਬਰ ਨੇ। ਅਸੀਂ ਉੱਤਰ ਪ੍ਰਦੇਸ਼ ਉੱਤਰਾਖੰਡ ਤੋਂ ਪਰਸੋਂ ਇੱਥੇ ਵਾਪਸ ਆਏ ਸੀ ਸਿੰਘ ਸਾਹਿਬ ਨੂੰ ਮਿਲਣ ਵਾਸਤੇ, ਲੇਕਿਨ ਸਿੰਘ ਸਾਹਿਬ ਸ਼੍ਰੀਨਗਰ ਗਏ ਸੀ। ਅੱਜ ਹੀ ਸਾਨੂੰ ਉਹਨਾਂ ਨਾਲ ਮੁਲਾਕਾਤ ਹੋਈ ਹੈ ਅਤੇ ਅੱਜ ਦੀ ਤਰੀਕ ਇਹਨਾਂ ਨੇ ਬਾਕੀ ਦੋਸ਼ੀਆਂ ਦੀ ਵੀ ਪਾਈ ਸੀ। ਇਹ ਮਾਮਲਾ ਨਾਨਕ ਮਾਤਾ ਸਾਹਿਬ ਦਾ, ਜਿਹੜੀ ਉੱਥੇ 24 ਤਰੀਕ ਨੂੰ ਗੁਰੂ ਘਰ ਦੀ ਗੁਰੂ ਦੀ ਬਾਣੀ ਦੀ ਅਤੇ ਗੁਰੂ ਸਾਹਿਬ ਦੀ ਜੋ ਬੇਅਦਬੀ ਦਾ ਮਾਮਲਾ ਸੀ ਉਹਦੇ 'ਚ ਅੱਜ ਉਹਨਾਂ ਸਜ਼ਾ ਵੀ ਸੁਣਾਈ। ਉੱਥੋਂ ਦੇ ਦੋ, ਇੱਕ ਪ੍ਰਧਾਨ, ਇੱਕ ਮੀਤ ਪ੍ਰਧਾਨ ਸਾਡੀ ਕਮੇਟੀ ਦਾ, ਇੱਕ ਸਚਿਵ ਸੈਕਟਰੀ ਜਿਹਨੂੰ ਕਹਿੰਦੇ ਨੇ ਅਤੇ ਇੱਕ ਮੀਤ ਸੈਕਟਰੀ, ਲੇਕਿਨ ਇੱਕ ਉਹਨਾਂ 'ਚੋਂ ਅੱਜ ਤਬੀਅਤ ਖਰਾਬ ਹੋਣ ਕਰਕੇ ਨਹੀਂ ਸੀ ਆਇਆ। ਇਹਨਾਂ ਨੂੰ ਉਹਨਾਂ ਸਜ਼ਾ ਜਿਹੜੀ 15 ਦਿਨ ਦੀ ਸੁਣਾਈ ਹੈ। 15 ਦਿਨ ਦੀ ਜਿਹੜੀ ਸਜ਼ਾ ਆਮ ਤੌਰ 'ਤੇ ਅਕਾਲ ਤਖ਼ਤ ਸਾਹਿਬ ਉਹਨਾਂ ਨੂੰ ਬਾਣੀ ਦੀ, ਝਾੜੂ ਦੀ, ਬਰਤਨਾਂ ਦੀ, ਹੋਰ ਸੇਵਾ ਜਿਹੜੀ ਲਾਉਂਦੇ ਨੇ, ਅੱਜ ਉਹਨਾਂ ਨੂੰ ਲਾਈ। ਲੇਕਿਨ ਇੱਕ ਮੰਦਭਾਗੀ ਘਟਨਾ ਹੋਈ, ਜਿਹੜੇ ਸਾਡੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਜੀ ਨੇ, ਉਹਨਾਂ ਦੀ ਹੰਕਾਰ ਇੰਨਾ ਜ਼ਿਆਦਾ ਹੋ ਗਿਆ ਵੀ ਉਹਨਾਂ ਨੇ ਕਿਹਾ ਜੀ ਮੈਂ ਨਾ ਅਕਾਲ ਤਖ਼ਤ ਨੂੰ ਮੰਨਦਾ ਅਤੇ ਨਾ ਮੈਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਨਦਾ ਵਾਂ, ਇਹੋ ਜਿਹੇ ਮੈਂ ਬੜੇ ਵੇਖੇ। ਉਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਪੰਥ 'ਚੋਂ ਛੇਕਣਾ ਪਿਆ।
उत्तर प्रदेश के उत्तराखंड की पूरी कौम को उन्होंने एक हुक्म किया है कि जसविंदर सिंह के नाल जिन्ना चेर दोबारा आके अकाल तख्त साहब तो माफ़ी नहीं मंगता उन्होंने चेर तक उत्तर प्रदेश के उत्तराखंड दी सिख संगत इन्हां दे नाल किसी तरह का मेल जोल नहीं रखनगियां। अच ये जिहड़ा मामला सी साडा उत्तराखंड के उत्तरा प्रदेश के सी एक चीज़ जिहड़ी सानूं इहदे विच सब तो ज़्यादा परेशान करती सी साडी अगली कमेटी की चोण आने वाली है उहदे चाच अकाल तख्त साहब ने बहुत सोहना फैसला किया पंज मैंबरी कमेटी बना दिती है जिहड़ी साडे उत्थे उत्तराखंड विच आएगी ते जिहड़ा साडे नानक पता साहब की अगली इलैक्शन होनी है उहदे विच सानूं सहयोग करके ते जिहड़ा नवां बाइलाज बनना उहदे विच भी साडा सहयोग करेगी। असीं इहनां दे अति धन्नवादी हाँ पूरे का पूरा साडी कौम जिहड़े असीं 30-35 जणे उत्थों आए हाँ अकाल तख्त साहब का उन्हां दी जथेबंदी का इहनां दे अकाल तख्त साहब के जथेदार का सारयां दे बहुत दिल तों धन्नवादी हाँ। अज सिंह साहब ने बहुत सोहना फैसला सुनाया है क्योंकि पिछले दिन ही नानक माता साहब के विचार जी वापरी घटना सी उहदे विरोध के विचार पूरा उत्तर प्रदेश तो पूरा उत्तराखंड जिथे तक श्री साडी नानक नाम लेवा संगत बैठी है उन्हें आपो अपने विरोध उत्थे दर्शाए सी ते उही असीं शिकायत लैके सन्मानयोग जथेदार साहब के कोल इत्थे पहुँचे सीगे। 3 दिन का साडा पूरा जथा इत्थे आया है अज जथेदार साहब ने सानू टाइम दिता है ते अज जिहड़े उस दरम्यान मौके पर मौजूद प्रबंधक सन अज उन्हां दी भी पेशी अकाल तख्त साहब सी ते अज उन्हां नूं 15 दिन जोड़ियां दी सेवा लाई गई है बर्तना दी सेवा लाई गई है ते पाठ करन दी सेवा लाई गई हैगी है जिहड़ियां सेवावां लाइया गई ने गियां वो मर्यादा अनुसार अकाल तख्त साहब के जथेदार साहब ने लाई है ते बहुत अच्छा काम उन्होंने किया। लेकिन उहदे नाल नाल ही एक होर मतभागी घटना ये साडे नाल होई है जिहड़े नानक माता साहब के छोटे प्रधान जी से मीत प्रधान जी जसविंदर सिंह गिल साहब के अज उन्हों का बहुत ही एक बेहौदा रवैया जिहड़ा अकाल तख्त साहब के सामने रहा जदों जथेदार साहब ने सजावं सुनाईया गई ने गियां तो उन्होंने बहुत साडे अकाल तख्त साडी सर्वोच्च संस्था साडी सुप्रीम पावर अज उन्होंने विरोध के विचार बहुत कुछ बोले ने गए जिहड़ा कि उन्होंने ये काम नहीं गा करना चाहिए। उहदे तों बाद अकाल तख्त साहब ने उन्होंने भी पंथ तों छेदिया है ते पूरे गुरु नानक नाम लेवा जिहड़ी संगत है साडे पूरे इलाके की जिहड़ी संगत है उन्हां नूं हुक्म किया गया कि इन्हां दे नाल क्योंकि जदों कोई भी बंदा अकाल तख्त साहब तों छेद दित्ता जावे ते उहदे नाल कोई भी अहीं रोटी बेटी आपस दे विचकार वर्ताव वाला कोई काम असीं उन्हां दे नाल नहीं कर सकते जदों तक दोबारा अकाल तख्त साहब दे सम्मुख आ के माफ़ी ना मंगण। असीं अज सन्मानयोग अकाल तख्त साहब के जथेदार साहब का बहुत बहुत तहे दिल तो धन्यवाद करते हैं। साड़ी टीम राष्ट्रीय सिख संगठन के सरदार जसवीर सिंह जी भी खलोते थे सारी टीम खलोती है सारी जथे वालों असी उन्हों का बहुत बहुत धन्यवाद करते हैं क्योंकि एक नानक माता साहब आने वाले टाइम के विचकार 4 महीनों तो बाद दोबारा उत्थे चोणां भी ने तो असी एक मंग की सी क्योंकि उत्थे असी डायरैक्टर बनाने डेलीगेट बनाने तो वह दबाव के विचकार अलग अलग जिहड़े गुरु मर्यादा नूं नहीं भी जानते वह बन जाते हैं। अज असी अकाल तख्त साहब के सामने जथेदार साहब नूं भी बेनती की सी कि एक नवा संविधान बना के नवे तरीके दे नाल चुनाव कराओ साडी बेनती नूं प्रवान करदे आ जथेदार साहब ने एक 5 मैंबरी कमेटी जिहदे विचकार हाई कोर्ट के वकील भी होणगे अकाल तख्त साहब तो भी साढ़े 1-2 जने जाणगे 1-2 बंदे जिहड़े असी उत्थों जिहड़े सीनियर सूझवान होणगे एक नवा संविधान बनेगा तो बहुत सुजज्जे ढंग दे नाल जिहड़ा अज इन्हां ने फैसला दिता उस सुजज्जे ढंग दे नाल आने वाले 4 महीनों तो बाद जिहड़ी नानक माता साहब की कमेटी बनेगी कोशिश करांगे असीं भी सारे रल मिल के कि चंगे अच्छे लोग जिहड़े नेगे उह नवीं कमेटी दे विचकार आउण ते अज जिहड़े पुरानी कमेटी का जो वर्ताव सिंह जथेदार साहब ने वेख्या है उहनूं देखदिआं होइआं असीं सारे कोशिश करांगे कि चंगे डायरैक्टर चंगे लोग आउण ते ताकि नानक माता जिहड़ा साडा साहिब श्री गुरु नानक देव जी महाराज का इतिहासिक स्थान है असी उत्थों की संभाल जी है वो चंगी तरीके दे नाल साडी प्रबंधक कमेटी कर सके। मैं निशान सिंह कालों जी डायरैक्टर कम्युनीकेशन एंड कंपेन ग्लोबल सिख विजन बेस्ड लंडन इंग्लैंड सरदार भगवान सिंह जी खुदी और सरदार रमी साहब अपना प्रधान खालसा हेल्प इंटरनेशनल भाई रविंदर सिंह जी जूनियर अमृतसर तो ने असी सारे ही ग्लोबल सिख विजन और खालसा हेल्प इंटरनेशनल तो हाँ और असी सिंह साहब नूं इह कहण आए सी बेनती करन आए सी एक मंग पत्र दिता है कि पूरे खालसा कौम वालों खालसा पंथ वालों गुरु नानक पातशाह जी तो समय तो लैके जो चलाया हुआ लंगर
वो लंगर तो अगर अलग अलग रूप में लंगर धारण कर चुका है, अलग वक् वक् किस्म दीआं सेवावां सिख कौम वल्लों वक् वक् समय से जिवें भी मुक्तां लोड़ पैंदी है कर रहे हैं। अरबां खरबां का खर्चा हो रहा है, परंतु सारिया ही सेवावां किसी जथेबंदी किसी गुरद्वारा साहब के किसी संस्था के बैनर के अधीन कीतियां जांदियां सन। और असीं इह मंग कीती है कि अकाल तख्त साहब तो एक हुक्म जारी किया जाए, आदेश जारी किया जाए, जिस विच पूरी कौम नूं इह मैसेज दिता जाए कि सारिया ही सेवावां भावें किसी संस्था वल्लों कीतियां जाण, किसी गुरु घर वल्लों कीतियां जाण, किसी सोसायटी वल्लों कीतियां जाण, कोई संपर्दावां वल्लों कीतियां जाण, उहदा लोगो एक होवे, उपर होवे केसरी खंडा। केसरी खंडा लग्या होवेगा तो जाण वाली हर गड्डी नूं लोक इह वेखणगे कि इस सिखां दी मानवता प्रति जिहड़ी है वो सेवा दी गड्डी जा रही है। केसरी खंडा मानवता प्रति सिखां दा सेवा दा प्रतीक होवेगा। असीं चाहुंदे हाँ कि केसरी खंडे नूं एक एमरजेंसी सेवा दे रूप विच लोक वेखण, जिवें कि लोकां ने बड़ा सराहया है, भाई साहब ने बड़ी सेवा की है, इन्होंने जिवें ऑक्सीजन का लंबर लंगर लगाया है गाजियाबाद के इंद्रापुर इलाके के गुरद्वारा साहब के, भाई साहब ने बड़ी खोज की है। और सारिया सेवावां जिहड़ियां हन ये वख वख लोगो वख वख बैनर अधीन हो रही हैं, तो असी ये मंग की है कि सारिया सेवावां एक लोगो के अधीन वह है केसरी खंडा वो अधीन हो, संस्था कोई भी हो करे, सारी ही कौम जी एक खंडे के अधीन हो जाए। सिंह साहब ने सानू वो लैके तो पंच साहिबान की अगली होने वाली मीटिंग जो नवंबर च होगी उस वे पा दिता है, वो मीटिंग दे विच सिंह साहब हजूर साहब वाले भी हाज़र होंगे, सारे तख्त साहबान के मी अपने जथेदार साहब हाजिर होंगे। उस वे मसला विचार के उन्होंने कहा है कि असी प्रवानगी दे के पूरी कौम को असी संदेश देवे कि सारी ही सेवा केसरी खंडे के निशान थले हो। मेरे नाल दे वीर तीन ग्लोबल सिख विजन और खालसा हेल्प इंटरनेशनल के हैं, बहुत सत्कारयोग हैं, बड़ी वड्डी सेवा निभा रहे हैं। जिहड़ी खाल जिहड़ी साडी ग्लोबल सिख विजन है ये नॉन प्रॉफिट चैरिटी है और यदा बेस लंडन दे विच है, इंग्लैंड। आवाज़ कॉम टीवी दे अमृतसर तो हिमांशु शर्मा की रिपोर्ट।